ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ UK ਆਫਿਸ ਦੇ ਵਿੱਚੋਂ ਇਹ ਇੰਟਰਵਿਊ ਦੇ ਰਹੇ ਹਾਂ ਕਿਉਂਕਿ ਪਿਛਲੇ 2-3 ਹਫ਼ਤੇ ਤੋਂ ਜੋ ਹੋਇਆ ਪੰਜਾਬ ਦੇ ਵਿੱਚ ਤਾਂ ਕਾਫੀ ਚਰਚਾ ਚੱਲ ਰਹੀ ਆ ਖਾਸ ਸਾਈਡ ਦੇ ਪੇ ਕੀ ਪ੍ਰੋਜੈਕਟ ਪੰਜਾਬ 'ਤੇ ਅਜੇ ਕਿੱਥੇ ਆਇਆ ਜਾਂਦੀ ਆ। ਇਹ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਆਪਣੇ ਪਰਸਨ ਵੱਲੋਂ ਆਪਣੀ ਟੀਮ ਵੱਲੋਂ ਸਾਰੇ ਸਾਡੇ ਜਿਹੜੇ ਪਈ ਸੇਵਾਦਾਰ ਦੁਨੀਆ 'ਚ ਕੰਮ ਕਰਦੇ ਸਾਡੇ ਲੀਡਰਸ਼ਿਪ ਦੁਨੀਆ ਦੇ ਵਿੱਚ ਆ ਉਹਨਾਂ ਵੱਲੋਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੋ ਤੁਸੀਂ ਖਾਲਸਾ ਸਾਈਡ ਦੇ ਵਿੱਚ ਵਿਸ਼ਵਾਸ ਰੱਖਿਆ ਆ ਤੁਹਾਡਾ ਪਿਆਰ ਆ ਖਾਲਸਾ ਸਾਈਡ ਨਾਲ ਅਤੇ ਪਰਸਨਲੀ ਜੋ ਸਾਨੂੰ ਤੁਸੀਂ ਮਿਲਦੇ ਆ ਸੜਕਾਂ 'ਤੇ ਮਿਲਦੇ ਆ ਤੁਰਦੇ ਫਿਰਦੇ ਮਿਲਦੇ ਇੰਨਾ ਪਿਆਰ ਦਿਖਾਉਂਦੇ ਆ ਇਹ ਤੁਹਾਡੇ ਪਿਆਰ ਨਾਲ ਸਾਰਾ ਕੁਛ ਚੱਲਦਾ ਇਹਨੇ ਵੀ ਅਸੀਂ ਆਪਣੇ ਵਾਲੀ ਕੁਛ ਬਣਾਇਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਜੋ ਕਹਿੰਦੇ ਸਿੱਧੀ ਗੱਲ ਕਰਦੇ ਹਾਂ ਉਸ ਕਰਕੇ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ। ਸੋ ਜਿਹੜੀ ਅੱਜ ਗੱਲ ਕਰਨੀ ਆ ਭਾਈ ਪੰਜਾਬ ਦੇ ਵਿੱਚ ਜੋ ਪਿਛਲੇ ਹਫ਼ਤੇ 2 ਹਫ਼ਤੇ ਜੋ ਹੋਇਆ ਇੱਕ ਪਾਸੇ ਉਹਦੇ ਹੜ੍ਹਾਂ ਦੀ ਸੇਵਾ ਚੱਲਦੀ ਆ ਸਾਡੇ ਬਿਲਕੁਲ ਜਿਹੜੇ ਭਾਈ ਸਾਡੇ ਹੀਰੋ ਜਿਹੜੇ ਸਾਡੇ ਸੇਵਾਦਾਰ ਮੋਹਰੇ ਸੇਵਾ ਕਰ ਰਹੇ ਦੂਜੇ ਪਾਸੇ ਦਿੱਲੀ ਤੋਂ ਆ ਕੇ ਸਾਡੇ ਜਿਹੜੇ ਭਾਈ ਛਾਪੇ ਪੈ ਰਹੇ ਆਫਿਸ ਦੇ ਵਿੱਚ ਗੌਰਮੈਂਟ ਵੱਲੋਂ ਅਤੇ ਉਹਦੇ ਵਿੱਚ ਕਾਫੀ ਸੰਗਤ ਦੇ ਸਾਨੂੰ ਭਾਈ ਚਰਚਾ ਹੋ ਕੇ ਸਵਾਲ ਵੀ ਆਏ ਆ ਭਾਈ ਉਹ ਇਹ ਸਵਾਲ ਮਾੜੇ ਨਹੀਂ ਗਏ ਸਵਾਲ ਉੱਦਾਂ ਪੈਦਾ ਹੋਏ ਆ ਕਿਉਂਕਿ ਮੈਨੂੰ ਵੀ ਇੱਥੇ ਮੈਂ ਗੁਰਦੁਆਰੇ ਸਾਹਿਬ ਗਿਆ ਸੀ ਇੱਥੇ UK ਵਿੱਚ ਹੀ ਲੱਗੇ ਅਤੇ ਇੱਕ ਮਾਤਾ ਜੀ ਕਹਿੰਦੇ ਭਾਈ ਤੁਸੀਂ ਪੰਜਾਬ ਕਿਉਂ ਨਹੀਂ ਕੁਛ ਕਰਦੇ ਕਿਉਂਕਿ ਮਿਸਇਨਫੋਰਮੇਸ਼ਨ ਬਹੁਤ ਆ ਅਸੀਂ ਮੀਡੀਆ 'ਤੇ ਜ਼ੋਰ ਨਹੀਂ ਲਾਇਆ ਜਿਹੜੇ ਸਾਡੇ ਅਫਸੋਸ ਆ ਮੈਂ ਕਿੰਨੀ ਵਾਰੀ ਕਿਹਾ ਸਾਡੇ ਜਿਹੜੇ ਸਿੱਖਾਂ ਦੇ 3 ਚੈਨਲ ਆ UK ਵਿੱਚ ਉਹ ਖਾਸ ਕਰਕੇ ਸਪੋਰਟ ਨਹੀਂ ਕਰਦੇ ਤੁਹਾਨੂੰ ਪਤਾ ਈਰਖਾ ਹੁੰਦੀ ਜਲਸੀ ਹੁੰਦੀ ਆ ਉਹ ਵੀ ਸਾਨੂੰ ਇੱਕ ਪਾਸੇ ਸੇਵਾ ਚੱਲਦੀ ਦੂਜੇ ਪਾਸੇ ਹਰ ਤਰ੍ਹਾਂ ਦੇ ਪੋਲੀਟਿਕਸ ਇੱਦਾਂ ਦੀ ਈਰਖਾ ਸੰਭਾਲਣੀ ਪੈਂਦੀ ਆ। ਸੋ ਅੱਜ ਤੁਹਾਨੂੰ ਅਸੀਂ ਜਿਹੜੇ ਤੁਸੀਂ ਅਸੀਂ ਕਿਹਾ ਸੀ ਤੁਹਾਨੂੰ ਭਾਈ ਸਾਨੂੰ ਤੁਸੀਂ ਸਵਾਲ ਭੇਜੋ ਮੈਂ ਕੱਲ੍ਹ ਫੇਸਬੁੱਕ 'ਤੇ ਪਾਇਆ ਸੀ ਇੰਸਟਾਗ੍ਰਾਮ 'ਤੇ ਪਾਇਆ ਖਾਲਸਾ 'ਤੇ ਟਵਿੱਟਰ 'ਤੇ ਪਾਇਆ ਅਤੇ ਤੁਸੀਂ ਬਹੁਤ ਸਵਾਲ ਭੇਜੇ ਆ ਤੁਸੀਂ ਸਾਡੇ ਫੇਸਬੁੱਕ 'ਤੇ ਪੋਸਟ ਜਾ ਕੇ ਦੇਖ ਲਓ ਖਾਲਸਾ ਦਾ ਕੱਲ੍ਹ ਜਿੱਥੇ ਮੈਂ ਲਿਖਿਆ ਅਸੀਂ ਖਾਲਸਾ ਵੱਲੋਂ ਵੀ ਸਾਨੂੰ ਸਵਾਲ ਭੇਜੋ 130-140 ਖੜ੍ਹੇ ਕਮੈਂਟ ਆਈਆਂ ਉਹ ਜ਼ਿਆਦੀਆਂ ਪੋਜ਼ੀਟਿਵ ਹੀ ਆ ਤੁਹਾਨੂੰ ਸਵਾਲ ਜਵਾਬ ਦੇਣ ਦਾ ਕੋਈ ਲੋੜ ਨਹੀਂ ਗੀ ਪਰ ਅਸੀਂ ਇਹ ਨਹੀਂ ਕਹਿੰਦੇ ਪਏ ਅਸੀਂ ਸਾਰੇ ਵਾਰੀ ਠੀਕ ਹਾਂ ਅਸੀਂ ਹਰ ਵਾਰੀ ਸੰਗਤ ਨੂੰ ਕਹਿੰਦੇ ਸਾਨੂੰ ਸਵਾਲ ਪੁੱਛੋ ਹੁਣ ਜੇ ਕੱਲ੍ਹ ਨੂੰ ਮੈਂ ਇੱਥੋਂ ਚੱਲ ਗਿਆ ਦੁਨੀਆ 'ਚੋਂ ਜਿਹੜਾ ਇੱਥੇ ਆਊਗਾ ਮੋਹਰੇ ਤੁਹਾਡੇ ਜੇ ਸਾਨੂੰ ਵੀ ਪੁੱਛਣਗੇ ਸਵਾਲ ਉਹਦਾ ਵੀ ਇਹੀ ਹੋਣਾ ਵੀ ਮੈਨੂੰ ਪੁੱਛਣਾ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕਰਨੀ ਮੈਂ ਜੋ ਮਰਜ਼ੀ ਮਨ ਮਰਜ਼ੀ ਕਰਾਂ ਇਹ ਖਾਲਸਾ ਜਿਹੜੀ ਆ ਸੰਗਤ ਦੇ ਪੈਸੇ ਸੰਗਤ ਦਾ ਜਿਹੜਾ ਦਾਨ ਆ ਅਸੀਂ ਵੀ ਮੈਂ ਹਰ ਵਾਰੀ ਕਹਿੰਦਾ ਜੇ ਰਵੀ ਸਿੰਘ ਜਾਂ ਉਹਦੇ ਪਰਿਵਾਰ ਅਮੀਰ ਬਣ ਗਏ ਵੱਡੀਆਂ ਵੱਡੀਆਂ ਕਾਰਾਂ ਬਣਾ ਪਏ ਵੱਡੇ ਵੱਡੇ ਮਹਿਲਾਂ ਚੜ੍ਹਨ ਲੱਗ ਪਏ ਏਅਰਪੋਰਟ ਮੇਰਾ 10-15 ਬੰਦੇ ਜਾਣ ਮੇਰੇ ਬੈਗ ਚੱਕਣ ਮੇਰੇ ਕੋਈ ਕਾਰ ਪਾਰ ਕਰੇ ਫਿਰ ਕੋਈ ਮੁਸ਼ਕਲ ਆ ਗਈ ਆ ਮੈਂ ਆਪਣਾ ਜਿਹੜਾ ਖਾਲਸਾ ਦਾ ਫਾਇਦਾ ਪਰਸਨਲੀ ਉਠਾ ਰਿਹਾ ਅਸੀਂ ਕਦੀ ਨਹੀਂ ਇੱਦਾਂ ਕਰਦੇ ਅਸੀਂ ਜੋ ਕਰਦੇ ਹਾਂ ਆਪਣੇ ਜੋ ਸਾਡਾ ਪਿਆਰ ਆ ਕੌਮ ਨਾਲ ਪੰਥ ਨਾਲ ਅਤੇ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਬਹੁਤ ਕਲੀਅਰਲੀ ਕਹਿਣੀ ਚਾਹੁੰਦਾ ਕਿਉਂਕਿ ਕਈ ਵਾਰੀ ਇੰਨਾ ਦਬਾਅ ਪੈਂਦਾ ਆ ਭਾਈ ਤੁਸੀਂ ਆਪਣੇ ਜਿਹੜਾ ਭਾਈ ਤੁਹਾਡੀ ਸੋਚ ਆ ਦੂਰ ਹੋ ਜਾਓ ਅਸੀਂ ਸੋਚ ਤੋਂ ਦੂਰ ਨਹੀਂ ਹੋਣਾ ਅਤੇ ਮੇਰਾ ਜਿਹੜਾ ਦੋਸਤ ਸੀਗਾ ਅਵਤਾਰ ਸਿੰਘ ਖੰਡਾ ਜਿਹੜਾ ਪੂਰਾ ਹੋ ਗਿਆ ਪਿਛਲੇ 2-3 ਹਫ਼ਤੇ ਬਹੁਤ ਸਸਪੀਸ਼ੀਅਸਲੀ ਮੈਂ ਕਹਿੰਦਾ ਕਿ ਇੱਕਦਮ ਹੀ ਰਾਜੀ ਖੁਸ਼ੀ ਇੱਕ ਮੁੰਡਾ ਨੌਜਵਾਨ ਇੱਕਦਮ ਹੀ ਪੂਰਾ ਹੋ ਜਾਵੇ ਉਹ ਸ਼ੱਕ ਤਾਂ ਹੁੰਦੀ ਆ ਵੀ ਕਿਉਂ ਹੋਇਆ ਉਹ ਸਾਡਾ ਚੰਗਾ ਫਰੈਂਡ ਸੀਗਾ ਉਹਦੇ ਵਿੱਚ ਬਹੁਤ ਗਲਤ ਇਲਜ਼ਾਮ ਲਾਏ ਗਏ ਇੰਡੀਆ ਮੀਡੀਆ ਵੱਲੋਂ ਭਾਈ ਉਹਨੇ ਐਮਬਸੀ ਉੱਪਰ ਜਾ ਕੇ ਝੰਡਾ ਥੱਲੇ ਲਾਇਆ ਇੰਡੀਆ ਦਾ ਬਿਲਕੁਲ ਨਹੀਂ ਸੀਗਾ ਉਹ ਕਿਉਂਕਿ ਮੈਨੂੰ ਪਤਾ ਕੌਣ ਆ ਅਵਤਾਰ ਸਿੰਘ ਸਾਡੇ ਕਾਫੀ ਕਲੋਜ਼ ਸੀਗੇ ਉਹ ਬਿਲਕੁਲ ਉਹਦਾ ਕਨੈਕਸ਼ਨ ਨਹੀਂ ਸੀਗਾ ਉਹਨੂੰ ਮੀਡੀਆ 'ਚ ਮਾੜਾ ਬਣਾਇਆ ਗਿਆ ਅਸੀਂ ਉਹਦੀ ਦੋਸਤੀ ਦਾ ਹੁਣ ਉਹਦੇ ਪ੍ਰੈਸ਼ਰ ਕਰਕੇ ਕਿਸੇ ਹੋਰ ਕੋਲੋਂ ਸਰਕਾਰਾਂ ਕੋਲੋਂ ਅਸੀਂ ਛੱਡਣੀ ਨਹੀਂ ਦੋਸਤੀ ਉਹ ਕਿਉਂਕਿ ਉਹ ਪੂਰਾ ਹੋ ਗਿਆ ਹੁਣ ਸਾਡੀ ਜਿਹੜੀ ਦੋਸਤੀ ਉਹਨਾਂ ਅਸੀਂ ਉਦੋਂ ਜ਼ਬਰਦਸਤ ਹੋਰ ਹੋਣੀ ਆ ਕਿਉਂਕਿ ਉਹਦਾ ਜਿਹੜਾ ਨਾਂ ਆ ਖਰਾਬ ਕਰਨ ਵਾਲੇ ਪ੍ਰੋਪਾਗੈਂਡਾ ਕਰਨ ਵਾਲੇ ਜਿਹੜੇ ਅਸੀਂ ਉਹ ਤੋਂ ਡਰਦੇ ਨਹੀਂ ਗਏ ਕਿਉਂਕਿ ਸੱਚਾਈ ਇਹ ਹੀ ਆ ਉਹਦੀ ਕੋਈ ਇਨਵੋਲਵਮੈਂਟ ਉੱਥੇ ਕਈ ਚੜਿਆ ਚਾਹੋ ਝੰਡਾ ਲਾਉਣ ਇੰਡੀਆ ਦਾ ਨਾ ਕੋਈ ਇੱਦਾਂ ਦਾ ਉਹਦਾ ਕੰਮ ਸੀਗਾ ਸਾਰਿਆਂ ਨੂੰ ਪਿਆਰ ਨਾਲ ਮਿਲਦਾ ਸੀਗਾ ਜੇ ਉਹਦੇ ਪੋਲਿਟਿਕਸ ਸੀਗੇ ਖਾਲਿਸਤਾਨ ਦੇ ਉਹਦੇ ਪੋਲਿਟਿਕਸ ਸੀਗੇ ਨੋ ਪ੍ਰੋਬਲਮ ਅਸੀਂ ਕਿਸੇ ਵਿਊ ਨਹੀਂ ਦਿੰਦੇ ਮਾੜਾ ਚੰਗਾ ਕਿਉਂਕਿ ਲੋਕਤੰਤਰ ਤੌਰ 'ਤੇ ਇੰਡੀਆ ਦੀ ਸੁਪਰੀਮ ਕੋਰਟ ਕਹਿੰਦੀ ਆ ਤੁਸੀਂ ਪੋਲੀਟੀਕਲੀ ਜੋ ਮਰਜ਼ੀ ਮੰਗ ਸਕਦੇ ਖਾਲਿਸਤਾਨ ਮੰਗ ਸਕਦੇ ਜੋ ਮਰਜ਼ੀ ਮੰਗ ਸਕਦੇ ਉਹਦਾ ਵੀ ਹੱਕ ਸੀਗਾ ਸਾਡੇ ਇੱਦਾਂ ਦੇ ਹੈਗੇ ਭੈਣ ਭਰਾ ਦਿਨ ਦਿਹਾੜੀ ਪਾਉਂਦੇ ਪੋਸਟ ਇਹਦੇ ਵੀ ਅਸੀਂ ਕੋਈ ਗਲਤ ਨਹੀਂ ਸਮਝਦੇ ਪਰ ਇਹਦਾ ਮਤਲਬ ਇਹ ਨਹੀਂ ਪਰ ਕਿਸੇ ਇੱਕ ਬੰਦੇ ਨੂੰ ਤੁਸੀਂ ਉਹ ਪੂਰਾ ਹੋ ਗਿਆ ਸ਼ੱਕ ਕਿੰਨੇ ਕਿੰਨਾ ਪੂਰਾ ਹੋ ਗਿਆ ਅਸੀਂ ਉਹਦਾ ਸਾਥ ਛੱਡ ਜਾਈਏ ਇਹ ਕਦੀ ਗੱਲ ਨਹੀਂ ਹੋਣੀ ਅਤੇ ਕਈ ਵਾਰੀ ਕਹਿੰਦੇ ਹਾਂਜੀ ਉਹ ਰਵੀ ਸਿੰਘ ਦਾ ਫਰੈਂਡ ਆ ਇਹ ਬਿਲਕੁਲ ਹੈਗਾ ਸਾਡਾ ਭਰਾ ਹੀ ਸੀਗਾ ਨਿੱਕਾ ਭਰਾ ਸੋ ਇਹ ਗੱਲ ਕਲੀਅਰ ਹੋ ਗਈ ਆ ਹੁਣ ਜਿਹੜੇ ਸਵਾਲ ਆਏ ਸੰਗਤ ਵੱਲੋਂ ਉਹ ਅਸੀਂ ਥੋੜ੍ਹਾ ਜਿਹਾ ਜਵਾਬ ਦਿੰਦੇ ਹਾਂ ਅਤੇ ਕਿਉਂਕਿ ਬਹੁਤ ਜ਼ਰੂਰੀ ਆ ਭਈ ਥੋੜ੍ਹੀ ਤੁਹਾਡੀ ਕਲੈਰੀਫਾਈ ਹੋਵੇ ਅਸੀਂ ਆਪਣੀ ਈਮੇਲ ਉੱਪਰ ਲਿਖ ਦਿੱਤੀ ਆ ਅਤੇ ਜੇ ਤੁਸੀਂ ਤੁਹਾਡਾ ਹੋਰ ਵੀ ਕੋਈ ਸਵਾਲ ਆ ਤਾਂ ਤੁਸੀਂ ਕਹਿੰਦੇ ਭਈ ਮੇਰੇ ਤੋਂ ਜਵਾਬ ਨਹੀਂ ਦੇ ਹੋਇਆ ਤੁਸੀਂ ਸ਼ੋਰ ਨਹੀਂ ਗਏ ਉਹਦੇ ਅਸੀਂ ਉਹ ਜਿਹੜਾ ਫੋਮ ਪਾਇਆ ਸੀ ਪਹਿਲਾਂ ਵੀ ਪਾਇਆ ਸੀਗਾ ਇੱਕ ਵਾਰੀ ਫੇਰ ਪਾ ਦਿੰਦੇ ਉਹਦਾ ਜਵਾਬ ਦੇਵਾਂਗੇ 1-2 ਹਫ਼ਤੇ ਬਾਅਦ ਕਿਉਂਕਿ ਅਸੀਂ ਬਿਜ਼ੀ ਬਹੁਤ ਹਾਂ ਜਿਹੜੀ ਕੋਈ ਗੱਲ ਬਾਹਰ ਰਹਿ ਗਈ ਆ ਇਹ ਨਾ ਸਮਝਿਓ ਭਈ ਹੁਣ ਗੱਲ ਹੋ ਗਈ ਆ ਅਤੇ ਤੁਸੀਂ
नाराज़ हो गए, एक कोई सवाल नहीं पूछा, तो जरूर तुम सानू मुड़ के पूछ सकते। फोन हल तक भी हैगा आ, मुड़ के पा देवे, पर उस सवाल का जवाब एक दो हफ्ते देवे जदों के असं बिजी बहुत हाँ। सो हुण मर जाए देखिए कि सवाल आ संगत दे। तो असं पहले संगत का धन्यवाद करते हैं जिन्होंने फोन भरे आ, जिन्हें बहुत प्यार दिखा लिया घड़ी घड़ी पे, तुहानू जवाब देने की लोड़ नहीं। असी संगत के पैसे ना इतने खड़े हाँ, तुहाडे करके इतने खड़े हैं, जिथे तुम प्यार करते तुहाडे करके आ। असी कल ने कुछ नहीं किया, ना मैं पर्सनली अपने पैसे लाए आ, पर मेरी जिम्मेवारी यह पर्सनली आ, क्योंकि तुम मेरे वाल देखते हो इदा के कोई माड़े काम कितने होंगे ज कोई विफता पैंती आ, पर रवि सिंह जवाब देवे। हूँ असं तुम जवाब दे रहे हैं। सो संगत के सवाल देखिए की आ भाई साहब, सब तो पहला जो सवाल आए हैं अपन, ज़्यादातर सवाल ये आए हैं कि पंजाब अंदर सिक्ख्या सुधार करे किया जाए, पैसा खर्चा जाए खालसा एड वालों, तो गरीब परिवारों के उत्ते खर्चा किया जाए। तो जो पहला सवाल यही है मेन, वो ये है कि खालसा एड पंजाब अंदर सिक्ख्या के उत्ते खर्च क्यों नहीं करती, जे करती है तो की करती है, तो गरीब परिवारों के लिए खालसा एड पंजाब के अंदर की कुछ कर रही है? हाँ जी, उ मैं जो पहला क्या, कई बार साढ़े को इतना मीडिया रीच है नहीं गा इस अपना असं कवर करिए जिन्ना प्रोजेक्ट चल रहा पंजाब। पहला तो मैं जोड़े पंजाब के साडे सेवादार हल तक हड़ लगे हुआ, हड़न लगे हो एक महीना हो गया, इन्ने सख्त इन्ने बहुत ही कह लो भाई औखे समय से इन्ने पानी से खड़े, उन्होंने धन्यवाद करना चाहता मैं, क्योंकि सारा कुछ उन्हों करके हो रहा इस वे साडे हीरो जोड़े पे साडे वॉलंटियर्स आ। तो मैं लिस्ट ला ली आ क्योंकि काम बहुत चल रहा। मैं एकदम छोटी छोटी मैं इनफॉर्मेशन दे दिना, जे होर डिटेल मंगते सानू तुसी कॉन्टैक्ट कर सकते हैं। साडा एक स्कूल चलता आ खालसा इंडिया वालों पिंड काकड़ा, उत्थे हैगा दशमेश स्कूल, उत्थे तकरीबन 500 बच्चे उत्थे पढ़ते आ प्राइमरी स्कूल। ट्यूशन सेंटर खड़े आ पंजाब किन्ने थावां ते इलाके दे अक्रॉस पंजाब। ये नाल हैगी साडे साथी जिहड़े पे गुरु गोबिंद सिंह स्टडी सर्कल, तो वह भी कह लो भाई सानू काफ़ी साथ दे रहा है इस वेले, उत्थे उन्हों का धन्यवाद करते हैं भाई। जिहड़े निक्के बच्चे आ उन्हें ट्यूशन फ्री ट्यूशन दी जाती है पिंडां दे विच, जिथे भाई बहुत डिफिकल्ट आ, जिथे भाई बहुत गरीब बच्चे कह लो भाई काफ़ी उदा स्ट्रगल करूंगे। फाउंडेशन पंजाब प्रोजेक्ट आ जिहदे विच असीं सबर फाउंडेशन, सबर फाउंडेशन जलंधर तो असी एक फ्री खोलिया आ, उन्होंने कहें UPSC जिहड़ा भाई बहुत बड़े जिहड़ा भाई एक इम्तिहान हुंदा, पेपर हुंदे, एग्जाम हुंदे आ, ये टेस्ट करते भाई जिहड़ा कोई सीनियर एडमिनिस्ट्रेशन जिहदा IPS ऑफिसर बनना पंजाब या इंडियन गवर्नमेंट तुसी ऑफिसर बनना, उहदे लई तुहानू एक कोर्स करना पैंदा, पर महंगा बहुत हुंदा। जिहड़े गरीब बच्चे आ तेज बहुत आ पढ़न दे विच, उहदा कोई इदां चांस नहीं हुंदा भाई वह पैसे वह खर्च के ये तरक्की कर सकन। फिर खालसा एड ने सबर फाउंडेशन ना काम करके साथ ला के पार्टनरशिप बना के असी 200 बच्चे तो जस्ट थोड़े जो 200 ज़्यादा बच्चे इस वेले असी पिछले काफ़ी महीने हो गए प्रोग्राम शुरू किया। ये जरा मेरे ख्याल एक साल का प्रोग्राम आ, ये असी 60 लाख रुपया ला रहे हैं गरीब बच्चों पर भाई, वो जोड़े गरीब इन्ने तेज आ वो कोई फ्यूचर बन जाए, जिन्ने तेज आ वो तरक्की कर, ऑफिसर बन, सीनियर एडमिनिस्ट्रेशन बन, बन सिविल सर्विस जान, जज बन, वकील बन, IPS ऑफिसर बन, IAS ऑफिसर बन। सो क्योंकि पंजाब गरीबी बहुत आ, एक एक बंदा परिवार चो तरक्की कर जाए वह सारे परिवार चक लेंदा। सो ये साडा आइडिया। स्पोंसर चाइल्ड काफ़ी बच्चे स्पोंसर चाइल्ड रन कर रहे, उत्थे खालसा इंडिया वाले जिहड़े टीम लगी उम्र वो देखभाल करते उन्हां दी, वह भी काफ़ी पंजाब चल रहा है। सो जिहड़ी सुरक्षा का सिक्ख्या सिक्ख्या का प्रोग्राम जिहड़ा वो एजुकेशन चल रहा काफ़ी कैम हो रहा, असीं एक्सपैंड भी करना चाहते हैं। तो भाई साहब एक कॉमन सवाल आ रहा है, पंजाब के लोड़वंद जिहड़े गरीब परिवार ने उन्होंने लिए खालसा एड की कुछ कर रही है, कोई घर बना के दे रहे हो उन्होंने जां उन्होंने रुजगार मुहैया करा रहे हो, इस तरह के सवाल बहुत आए हैं अपन। जिदा हुण असीं गल कीती एजुकेशन की, फ्री जिहड़ा ट्यूशन सेंटर है जां जिहड़ा भाई आ जिहड़े पिंड काकड़ा स्कूल है, ये मेनली गरीब बच्चों लिए आ, क्योंकि असीं इहने गरीब बच्चों नूं चांस मिले। जिहड़े ट्यूशन सेंटर चल रहे आ 50-60 सीजन चल रहा है पंजाब दे विच, उहदे विच बच्चे गरीब जिहड़े आम बच्चे आउंदे आ उहनूं कुछ जिंदगी विच कुछ उहनूं शुरुआत हो जाए, उहनूं कोई चांस ऑपरचुनिटी मिले। तो जिहड़े घर बणदे आ, असीं हड़ां तों पहलां इत्थे UK रिपोर्ट बनाई सी भई UK वालों अमरीका वालों कनेडा वालों जिहड़े चैप्टरां ने हैल्प कीती घर बनाउण दी, मेरा ख्याल क्योंकि ज़्यादा UK वालों प्रोग्राम हो रहा है उस वेले असीं मेरे ख्याल महीना हो गया 257 घर पिछले 24 महीने पिछले 2 साल के
ਖਾਲਸਾ ਏਡ ਨੇ 257 ਘਰ ਪੰਜਾਬ ਬਣਾਏ ਆ। ਹਰ ਡਿਟੇਲ ਸਾਡੇ ਕੋਲ ਹੈਗੀ ਆ। ਜੇ ਸਾਡੇ ਕੋਈ ਭੈਣ ਭਰਾ ਇੱਥੇ ਚੈੱਕ ਕਰਨਾ ਚਾਹੁੰਦੇ ਆ, ਸਾਨੂੰ UK ਵਿੱਚ ਅਪੋਇੰਟਮੈਂਟ ਬਣਾ ਲਓ। ਸਾਡੇ ਕੋਲ ਡੇਟਾ ਸਾਰਾ ਹੈਗਾ, ਤੁਹਾਨੂੰ ਦਿਖਾ ਦਵਾਂਗੇ ਕਿੱਥੇ ਕਿਹੜਾ ਪਿੰਡ ਆ, ਕਿੱਦਾਂ ਬਣਾਇਆ, ਕਿਹੜਾ ਬਿਲਡਰ ਆ, ਸਾਰਾ ਕੁਝ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ। ਅਤੇ ਇਹਦੇ ਵਿੱਚ ਜਿਹੜੀ ਪਈ ਘਰ 257 ਜੀ, ਗ੍ਰਾਂਤੀ ਸਿੰਘਾਂ ਦੇ ਘਰ ਆ, ਗਰੀਬ ਪਰਿਵਾਰਾਂ ਦੇ ਘਰ ਆ, ਜਾਂ ਦੀ ਸਿਹਤ ਬਹੁਤ ਮਾੜੀ ਆ ਉਹਨਾਂ ਦੇ ਘਰ ਆ, ਜਿਹੜੇ ਪਈ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਆ, ਸੁਈਸਾਈਡ ਜਿਹੜੇ ਕਹਿੰਦੇ ਫਾਰਮ ਆ ਸੁਈਸਾਈਡ ਉਹਨਾਂ ਦੇ ਵਿੱਚ ਆ, ਅਤੇ ਉਹ ਸ਼ਹੀਦ ਪਰਿਵਾਰਾਂ ਦੇ ਘਰ ਆ। ਸੋ ਇਹਦੇ ਵਿੱਚ 257 ਘਰ ਆ, ਮੇਰੇ ਖਿਆਲ ਕੋਈ ਮੈਚ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜਿੰਨਾ ਖਾਲਸਾ ਨੇ ਘਰ ਬਣਾਏ ਪਿਛਲੇ 2 ਸਾਲ ਦੇ ਵਿੱਚ। ਮੈਂ ਉਹੀ ਕਹਿੰਦਾ ਵੀ ਸਾਰਾ ਡੇਟ ਸਾਡੇ ਕੋਲ ਹੈਗਾ, ਡੇਟਾ ਇਨਫੋਰਮੇਸ਼ਨ ਹੈਗੀ ਆ, ਜੇ ਕੋਈ ਉਹਨੇ ਜਾਣਕਾਰੀ ਨਿਕਾਲਣੀ ਹੋਵੇ ਅਸੀਂ ਕਹਿ ਸਕਦੇ। ਦੂਜੇ ਪਾਸੇ ਗਰੀਬ, ਤੁਸੀਂ ਗਰੀਬਾਂ ਦੀ ਗੱਲ ਕੀਤੀ ਆ, ਪਿਛਲੇ ਅਗਸਤ ਤੋਂ ਲੱਗ ਕੇ 2022 ਤੋਂ ਲੱਗ ਕੇ ਇਸ ਅਗਸਤ 8 ਅਗਸਤ ਅੱਜ ਤੱਕ ਲੱਗ ਕੇ ਕਹਿ ਲਓ ਬਈ ਸਾਡੇ ਪੰਜਾਬ ਦੇ ਵਿੱਚ ਅਸੀਂ 503 ਕੇਸ ਕੀਤੇ ਆ, ਜਿਹੜੇ ਮੈਡੀਕਲ ਕੇਸ ਆ ਗਰੀਬਾਂ ਲਈ, ਜਿਹਨਾਂ ਕੋਲ ਪੈਸੇ ਹੈ ਨਹੀਂ ਇਲਾਜ ਕਰਵਾਉਣ ਲਈ, ਉਹਨਾਂ ਦੇ ਕੀਤੇ ਆ। ਅਤੇ ਉਹਦੇ ਵਿੱਚ ਖਰਚਾ ਪਿਛਲੇ ਸਾਲ ਦੇ ਵਿੱਚ ਇਕੱਲਾ ਖਾਲਸਾ ਏਡ ਦਾ ਖਾਲਸਾ ਖਰਚਾ 6 ਕਰੋੜ ਲਾਗੇ ਲੱਗ ਗਿਆ। ਤੁਸੀਂ ਆਪੇ ਸਮਝੋ ਕਾਫੀ ਅਸੀਂ ਇਹ ਜਿਹੜੇ ਕੇਸ ਨੂੰ ਵਧਾ ਵੀ ਰਹੇ ਹਾਂ। ਅਤੇ ਅਸੀਂ ਹੋਰ ਕੇਸ ਜਿਹੜੇ ਗਰੀਬ ਜਿਹਦਾ ਕੋਈ ਬਿਲਕੁਲ ਇਲਾਜ ਦਾ ਕੋਈ ਆਸ ਨਹੀਂ ਸੀਗੀ ਜਾਂ ਪੈਸੇ ਨਹੀਂ ਸੀਗੇ, ਇਹ ਹੁਣ ਸਾਡੇ ਕੋਲ ਕੇਸ ਹੋਰ ਆਈ ਜਾਂਦੇ, ਇਹ ਵੀ ਤੁਹਾਡੀ ਸੰਗਤ ਕਰਕੇ ਹੋ ਰਿਹਾ ਆ। ਇਹ ਜਿਹੜੇ ਅਸੀਂ ਕੇਸਾਂ ਦੀ ਗੱਲ ਕੀਤੀ ਆ, ਇਹ ਜਿਹੜੇ ਖਾਲਸਾ UK ਇੰਟਰਨੈਸ਼ਨਲ ਵੱਲੋਂ ਫੰਡ ਕੀਤਾ ਗਿਆ ਆ। ਵੀ ਇਹ ਇਕੱਲਾ ਭਈ ਹੁਣ ਅਸੀਂ ਇਹ USA ਕੈਨੇਡਾ ਵੀ ਅਸੀਂ ਐਕਸਪੈਂਡ ਕਰ ਰਹੇ ਹਾਂ, ਭਈ ਕੋਈ ਗਰੀਬ ਹੋਵੇ ਜਿਹਨੂੰ ਇਹਨਾਂ ਭਈ ਮੈਡੀਕਲ ਦੇ ਵਿੱਚੋਂ ਕੋਈ ਸਿੰਪਲ ਕੇਸ ਹੋਵੇ ਪਿੱਛੇ ਰਹਿ ਜਾਵੇ। ਸੋ ਦੇਖ ਲਓ ਇਕੱਲੇ UK ਵੱਲੋਂ 6 ਕਰੋੜ ਦਾ ਉੱਥੇ ਮੈਡੀਕਲ ਕੇਸ ਹੋਇਆ। ਗਰੀਬਾਂ ਲਈ ਡਾਇਲਸਿਸ ਸੈਂਟਰ, ਕਿਡਨੀ ਫੇਲੀਅਰ, ਜਿਹੜੇ ਗੁਰਦੇ ਚੱਲ ਗਏ ਆ ਜਿੱਦਾਂ ਮੇਰੇ ਆਪ ਚੱਲ ਗਏ ਸੀਗੇ, ਉੱਥੇ ਉਹਨੂੰ ਸਪੋਰਟ ਕਰ ਰਹੇ ਗਰੀਬਾਂ ਨੂੰ। ਜਿਹੜੇ ਜ਼ਿਆਦਾ ਗਰੀਬ ਉਹਦਾ ਕੋਈ ਖਰਚਾ ਨਹੀਂ ਗਾ, ਜੇ ਕੋਈ ਕਹਿ ਲਓ ਅਫੋਰਡ ਕਰ ਸਕਦਾ, ਜਿੱਦਾਂ ਆਮ 1500 2000 ਲੈਂਦੇ ਆ, ਅਸੀਂ ਮੇਰੇ ਖਿਆਲ 500 ਲੈਂਦੇ, ਫਿਰ 250 ਲੈਂਦੇ ਹਾਂ ਇੱਕ ਡਾਇਲਸਿਸ ਦਾ, ਵੀ ਜਿਹੜਾ ਜ਼ਿਆਦਾ ਗਰੀਬ ਆ ਉਹਦੇ ਫਰੀ ਹੁੰਦਾ। ਸੋ ਇਹਦੇ ਵਿੱਚ ਜਿਹੜਾ ਭਾਈ ਆਈ ਟੈਸਟ ਦੀ ਮਸ਼ੀਨ ਵੀ ਦਿੱਤੀ ਗਈ ਆ, ਜਿਹੜੇ ਭਾਈ ਲੋਕਲ ਔਰਗਨਾਈਜੇਸ਼ਨ ਜਿਹੜਾ ਭਾਈ ਬਲਪੁਰ ਕਪੂਰਥਲੇ ਵਾ, ਉਹ ਵੀ ਜਿੱਦਾਂ ਭਾਈ 10,000 ਲੋਕ ਹਰ ਸਾਲ ਉਹਦਾ ਫਾਇਦਾ ਉਠਾਉਂਦੇ ਆ, ਅੱਖਾਂ ਟੈਸਟ ਕਰਦੇ, ਉਹ ਕੋਈ ਲੋਕਲ ਔਰਗਨਾਈਜੇਸ਼ਨ ਸੀ ਮੇਰਾ ਖਿਆਲ, ਕੋਈ ਮੰਦਰ ਦੇ ਵਿੱਚ ਔਰਗਨਾਈਜੇਸ਼ਨ ਸੀ ਮੇਰਾ ਖਿਆਲ, ਉਹਨੇ ਰਿਕੁਐਸਟ ਕੀਤੀ ਸੀਗੀ ਵੀ ਸਾਡੇ ਇਲਾਕੇ ਵਿੱਚ ਸਾਨੂੰ ਮਸ਼ੀਨ ਚਾਹੀਦੀ ਆ, ਅਸੀਂ ਸੇਵਾ ਕਰਦੇ ਹਾਂ। ਬਹੁਤ ਵਧੀਆ ਗੱਲ ਆ, ਸਾਨੂੰ ਕੋਈ ਫਰਕ ਨਹੀਂ ਗਾ, ਜਿਹੜਾ ਮਰਜ਼ੀ ਧਰਮ ਹੋਵੇ, ਜੇ ਕੋਈ ਕੋਈ ਇਨਸਾਨੀਅਤ ਤੌਰ 'ਤੇ ਮਦਦ ਗਰੀਬਾਂ ਦੀ ਕਰ ਰਿਹਾ, ਅਸੀਂ ਕਰਾਂਗੇ ਨਾਲ ਮੋਢਾ ਜੋੜ ਕੇ। ਸੋ ਦੂਜੀ ਗੱਲ ਆਉਂਦੀ ਜਿਹੜੀ ਸੈਲਫ ਇੰਪਲੋਇਮੈਂਟ, ਜਿਹੜੇ ਭਾਈ ਅਸੀਂ ਕਹਿੰਦੇ ਭਾਈ ਆਪਣੇ ਆਪ ਕਮਾਈ ਕਰਨ, ਇਹ ਨਹੀਂ ਵੀ ਅਸੀਂ ਪੈਸੇ ਦੇਈਏ ਜਾਂ ਰਾਸ਼ਨ ਪਾਣੀ ਦੇਈਏ। 34 ਪਰਿਵਾਰ ਇੱਥੋਂ UK ਵੱਲੋਂ ਅਤੇ ਖਾਸ ਕਰ ਇੰਡੀਆ ਹੋਰ ਵੀ ਪਰਿਵਾਰ ਜਿਹੜੇ ਹੈਗੇ ਉਹਨਾਂ ਨੇ ਕੀਤੇ, ਰਿਕਸ਼ੇ ਦਿੱਤੇ, ਆਟੋ ਦਿੱਤੇ, ਉਹਨਾਂ ਨੂੰ ਪਸ਼ੂ ਲੈ ਕੇ ਦਿੱਤੇ, ਤੁਸੀਂ ਡੈਰੀ ਫਾਰਮਿੰਗ ਸ਼ੁਰੂ ਕਰੋ, ਆਪਣੇ ਹੱਥੀਂ ਮਿਹਨਤ ਕਰਨ, ਅਸੀਂ ਸਪੋਰਟ ਕੀਤਾ ਗਿਆ, ਜਾਂ ਮਸ਼ੀਨਾਂ ਜਾਂ ਪਸ਼ੂਆਂ ਦਾ ਜਾਂ ਜਿੱਦਾਂ ਭਾਈ ਕੋਈ ਗੱਡੀਆਂ ਦਾ, ਭਾਈ ਤੁਸੀਂ ਆਪੇ ਹੀ ਕਮਾਈ ਕਰੋ ਅਤੇ ਆਪੇ ਹੀ ਤੁਸੀਂ ਕਮਾਓ ਅਤੇ ਆਪਣੀ ਪਰਿਵਾਰ ਨੂੰ ਚੱਕੋ। ਇਹ ਪ੍ਰੋਗਰਾਮ ਵੱਧ ਰਿਹਾ ਆ। ਸੋ ਜਿਹੜਾ ਸਾਡਾ ਪੰਜਾਬ ਦੇ ਪ੍ਰੋਜੈਕਟ ਚੱਲ ਰਹੇ ਆ ਉਹ ਹੈ ਹੀ ਗਰੀਬਾਂ ਲਈ ਆ, ਜਾਂ ਜਿਹੜੇ ਭਾਈ ਕਹਿ ਲਓ ਪਹਿਲਾਂ ਕੰਮ ਕੁੰਮ ਕਰਦੇ ਸੀਗੇ, ਹੁਣ ਮੈਡੀਕਲ ਰੀਜ਼ਨ ਕਰ ਮੈਡੀਕਲ ਪ੍ਰੋਬਲਮ ਕਰਕੇ ਕੰਮ ਨਹੀਂ ਕਰ ਸਕਦੇ, ਕੋਈ ਕੋਈ ਮੁਸ਼ਕਿਲ ਆ ਗਈ, ਲੱਤ ਟੁੱਟ ਗਈ। ਇੱਕ ਦੋ ਪਰਿਵਾਰ ਇੱਦਾਂ ਦੇ ਵੀ ਹੈਗੇ ਜਿਹੜੇ ਭਾਈ ਮਿਡਲ ਕਲਾਸ ਕਹਿ ਲਓ, ਕਾਫੀ ਪਹਿਲਾਂ ਚੱਲਦੇ ਚੁਲਦੇ ਠੀਕ ਸੀ, ਨੌਕਰੀ ਸੀਗੀ, ਪਰ ਜਦੋਂ ਨੌਕਰੀ ਚੱਲ ਗਈ ਜਾਂ ਕੋਵਿਡ ਵਿੱਚ ਉਹ ਹੀ ਥੱਲੇ ਡਿੱਪੇ। ਪਰ ਮੇਨਲੀ ਸਾਡਾ ਜਿਹੜਾ ਪੰਜਾਬ ਪ੍ਰੋਜੈਕਟ ਹੈ ਹੀ ਉਹਨਾਂ ਲਈ ਜਿਹੜੇ ਭਾਈ ਗਰੀਬੀ ਵਿੱਚ ਆ, ਜਾਂ ਪਹਿਲਾਂ ਗਰੀਬੀ ਵਿੱਚ ਹੁਣ ਗਰੀਬੀ ਮਗਰੋਂ ਫਸ ਗਏ ਆ, ਹੋਰ ਕਿਸੇ ਲਈ ਨਹੀਂ ਪ੍ਰੋਗਰਾਮ, ਉਹ ਉਹਨਾਂ ਲਈ ਆ, ਬਸ ਗਰੀਬਾਂ ਲਈ ਆ। ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਖਾਲਸਾ ਨੂੰ ਦਸਵੰਧ ਇਕੱਠਾ ਹੁੰਦਾ ਤਾਂ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲਾਉਂਦੇ ਨੇ ਉਹ, ਤਾਂ ਉਹ ਜ਼ਰੂਰ ਦੱਸਿਓ। ਹਾਂਜੀ, ਉਹੀ ਜਿੱਦਾਂ ਹੁਣ ਸਾਨੂੰ ਇੱਥੇ ਦਾਨ ਆਉਂਦੇ ਆ UK ਵੱਲੋਂ ਜਾਂ ਅਮੈਰੀਕਾ ਕਨੇਡਾ ਵੱਲੋਂ, ਹੁਣ ਕਿਸੇ ਦਾ ਇਲਾਜ ਕਰਨਾ ਹੋਵੇ, ਹੁਣ ਕਈ ਵਾਰੀ ਗੱਲ ਕਰਦੇ ਹਾਂ ਜਿੱਦਾਂ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਕਈ ਵਾਰੀ ਲੋਕ ਸਾਨੂੰ FCR ਦੀ ਗੱਲ ਕਰਦੇ ਆ, ਤੁਹਾਡੇ ਕੋਲ FCR ਹੈ ਨਹੀਂ ਗਾ। ਜਿਹੜੀਆਂ ਸੰਸਥਾ ਹੁਣ ਪਿਛਲੇ ਵਾਰੀ ਵੀ ਬਾਹਰੋਂ ਸਿੱਖਾਂ ਦੀਆਂ ਗਈਆਂ ਪੰਜਾਬ 'ਚ ਕੰਮ ਕਰਨ, 2019 ਵਿੱਚ ਵੀ ਹੁਣ ਵੀ ਕਰ ਰਹੀਆਂ, ਮਜੋਰਟੀ ਉਹ ਹੈ ਹੀ ਨਹੀਂ FCR, ਇਕੱਲਾ ਖਾਲਸਾ ਏਡ ਨਹੀਂ ਗਾ, ਕਈਆਂ ਕੋਲ ਹੈ ਨਹੀਂ। ਖਾਲਸਾ ਨੂੰ ਜਾਣ ਕੇ ਟਾਰਗੇਟ ਕੀਤਾ ਗਿਆ, ਕਿਉਂਕਿ ਤੁਹਾਨੂੰ ਪਤਾ ਜਿਹੜੀ ਜ਼ਿਆਦੀ ਸੰਗਤ ਆ ਖਾਲਸਾ ਨੂੰ ਪਿਆਰ ਕਰਦੀ ਆ, ਜਿਹਨੂੰ ਖਾਲਸਾ ਚੁੱਭਦੀ ਆ ਉਹਨੇ ਫੇਕ ਆੜੀਆਂ ਬਣਾ ਕੇ ਗੱਲਾਂ ਪੁੱਠੀਆਂ ਕਰਨੀਆਂ। ਸਾਨੂੰ ਤੁਸੀਂ ਬਿਲਕੁਲ ਸਿੱਧਾ ਪੁੱਛ ਸਕਦੇ ਹਾਂ, ਜੇ ਇੱਥੇ UK ਰਹਿੰਦੇ ਹਾਂ ਤੁਹਾਨੂੰ ਮਿਲ ਸਕਦੇ ਹਾਂ ਆ ਕੇ ਪਰਸਨਲੀ। ਹੁਣ ਕਹਿ ਲਓ ਭਾਈ ਕੋਈ ਪਿੰਡ 'ਚ ਬੈਠਾ ਪੰਜਾਬ ਦੇ ਵਿੱਚ, ਉਹਦੀ ਲੱਤ ਟੁੱਟ ਗਈ ਆ ਤਾਂ ਉਹਦੇ ਸਰੀਏ ਪੈਣੇ ਜਾਂ ਮਹਿੰਗਾ ਕਾਫੀ ਇਲਾਜ ਆ, ਅਸੀਂ ਫਿਰ ਉਹਨੂੰ ਦੇਖਣਾ ਜਾ ਕੇ ਚੈੱਕ ਕਰਨਾ ਜੈਨੂਅਨ ਆ, ਹਾਂ ਠੀਕ ਆ ਗਰੀਬੀ ਆ, ਫਿਰ ਅਸੀਂ ਲੋਕਲ ਜਿਹੜਾ ਹੋਸਪਿਟਲ ਵੱਡਾ ਹੋਸਪਿਟਲ ਹੋਵੇ ਜਿਹਨੂੰ ਅਸੀਂ ਡਾਇਰੈਕਟਲੀ ਇੱਥੋਂ UK ਤੋਂ USO ਕਨੇਡਾ ਤੋਂ ਪੇ ਕਰ ਸਕਦੇ ਹਾਂ ਹੋਸਪਿਟਲ ਨੂੰ, ਇਹਦੇ ਵਿੱਚ ਪੈਸੇ ਦੀ ਹੇਰਾਫੇਰੀ ਨਹੀਂ ਹੁੰਦੀ। ਉਹ ਫਿਰ ਪੈਸੇ ਸਿੱਧੇ ਜਾ ਕੇ ਜਦੋਂ ਇਲਾਜ ਹੁੰਦਾ
इलाज कर देंगे, फिर यूके वालों असी कनेडा अमरीका से पैसे भेजते हैं हॉस्पिटल में, फिर तुहाडा धन्नवाद तुसीं इलाज किया। सारी डॉक्यूमेंट सारी होंगी और ना एड्रैस हर चीज़ का होंगे। जिहड़े एफ सी आर दी इहदे विच गल आउंदी नहीं, इहदे विच तां एफ सी आर उदों हुंदा जे असी कोई चैरिटी नूं भेजिए पैसे यूके इंडिया विच, जिहड़ी मर्जी चैरिटी होवे, खास कर इंडिया होवे, होर भी चैरिटियां बहुत आ। जिहड़ी चैरिटी कोल एफ सी आर दे लाइसेंस नहीं हुंदा, जे असी उहनूं पैसे भेजिए साडे पैसे वापस आ जांदे आ। सो असी किसी चैरिटी में पैसे नहीं भेजते, जी खास कर इंडिया जो सेवादार आए जाके साडे केस आइडेंटिफाई करते हैं, तो जे होर भी साडे नाल टीमां लगियां आ उन्हें देखना जाके पिंड च आ इलाज करवाना, उन्हें फिर रिपोर्ट बनाई असैसमेंट फुल रिपोर्ट सानू आउंदी आ, वो रिपोर्ट पर फिर असी फिर एक्ट करते हैं। ये तो मतलब तो हर चीज़ से जिदा तुम कनेडा अमरीका बैठे घर बनाना पंजाब के एफसीआर की लोड़ थोड़ा, तो ठेकेदार लभना ठेकेदार को पैसे भेज दते। जे तुम किसी चैरिटी में पैसे भेजने आ जी रजिस्टर्ड चैरिटी इंडिया में आदि को एफ सी आर है नहीं गा, फिर तुम्हें प्रॉब्लम आ। अभी तो इंडिया खास कर इंडिया के कोई पैसा अकाउंट कभी भेजा ही नहीं गा, असी सीधे सर्विस प्रोवाइडर जो घर बनाना और ठेकेदार का सारा कोशिश करीदा आ। हूँ पिछले दो तीन साल तो साड़ी टीम यूके में आ, उन्हें सिस्टम ही चेंज करता, साडे ठेकेदार की हिस्ट्री की आ, किन्ने साल रजिस्टर आ, टैक्स देंगे कि नहीं देंगे, वो फिर देख के असी ठेकेदार को पैसे भेजने घर बना किसी गरीब का, वो भी सारा चैक करके जो घर बनता शुरू होंदा जो बना रहा है तो अगर एंड हों सारे असं फॉलोअप करते हैं। सो ये एफ सी आर का कोई मतलब ही नहीं गा, जे बंदे कहते क्यों उत्थे सेवा नहीं कर सकते, तुहाडे कोल एफ सी आर है कि पैसे भेजते हैं तुम पैसे खाई जाने, उन तो बिल्कुल पता ही नहीं गा। जे अजक वकील बनी फिरते जिन्हों कोई बकावत का कुछ पता ही नहीं गा, कानून का कोई पता नहीं गा, तुम अच्छे सोशल मीडिया से झूठिया आइडिया बना के तुम घुमरा रहे, होर कुछ नहीं गा। असं इतने बैठे हाँ यूके में हाँ, जो असी गलत कोई काम करते तुहाडा ख्याल यूके की जी पुलिस आ जी इंटैलीजेंस सर्विस है सू बैठन दोगे, हम सू चक एकदम देजूंगे। कोई गैर कानूनी काम असं इंडिया नहीं कर रहे, ना असं गैर कानूनी काम यूके कर रहे, असं गरीबों की हेल्प कर रहे, पैसे किसी संस्था नहीं भेज रहे, डायरैक्टली असं पैसे सर्विस प्रोवाइडर दे रहे हैं। अच्छा भाई साहब, एक सवाल है कमेंट किया कि उन्होंने शंक है कि लोगों वालों क्ढे दसवंध में बहुत तनखाहों के भेजा जाता है जी। कई बार जिदा तनखाह की गल आती है, हम मैं पिछले दो तीन दिन पढ़ता रहा हाँ भाई अमरप्रीत की तनखा 50 लाख आ, 60 लाख आ, रवि सिंह महला च रह रहे हैं, उनको बड़िया कारा आ, तो कई बार झूठे इल्जाम लगे जाते हैं। हम जी रवि सिंह की जे मैं चाहना जिदा मेरी जी असी जो नौकरी करते नौकरी तरह की है, सेवा सेवा तो अभी फैसिलिटेट करते हैं, हूँ जी नौकरी जो जॉब आ जिद कह लो भाई अभी सारे चैप्टर अमरीका कनेडा सारा संभालना, आम जो कोई इतने नौकरी करता जो होर संस्था के जी ऑर्गनाइजेशन के उन्होंने तनखा 80 हज़ार पाउंड लग के 1 लाख पाउंड साल की आ, जी सा तनखा आ 45 हज़ार साल की आ, जो इतने ट्रक ड्राइवर की तनखा आ वह सेम आ, जे इतने अंडरग्राउंड ट्रेन जो मैट्रो चलाते 55-58 हज़ार साल पे की आ, जी पे कह लो इस साल की आ, तो ये जी भाई असी जान के इस लैवल से रखी तनखा, क्योंकि असी जे खास करके पैसे बनाने होंगे सारा कुछ मेरे नाँ पर होंगे, मेरे परिवार के नाँ पर होंगे, असी मौजा करते जिदा तुम्हें पता कई इतने तुम्हें पता भी कहते सेवा करते हैं तो रेंदे जिदा भाई करोड़पति बन के, जे असी करोड़पति बन के रेंदे हाँ फिर साडे छित्र मारो, क्योंकि असी कहने जिहड़ा बंदा इदा की सेवा करता वह कभी करोड़पति नहीं बन सकता, जे बन गया तो वो मुश्किल आ बहुत कि वो हेराफेरी हो रही है, सीधी गल आ। सो अमरप्रीत होनी आ उन्हां दी जिहड़ी तनखाह आ वो हैगी है 950 पाउंड महीने की, कह लो भी लख रुपया कह लो महीने का, वो होनी चाहिए आ 2-3 लख घट तो घट। हूँ जे कह लिखा 46 हज़ार आ 50 हज़ार आदि 12 लख कह लो साल की तनखा आदि होनी चाहिए आ 20-25 लख, क्यों जिन्ना वो काम करना दिन दिहाड़ी संभालना सारा कुछ। सो असी सारे कह लो तनखा सारी देख के सोच के असी कदम चक्या, उ मैं कहना जे खास कर मेरे परिवार की होंगी आज जो मर्जी करते जिते मर्जी घूमते, साढ़े स्टाफ की तनखाह भी और रिफेक्टिव आ। इतने यूके की सरकार आ जे सानू कोई इतने दान करता 10 पाउंड तो वह 2.5 पाउंड सानू सरकार फ्री दिंदी आ जिहड़ा काम करते जो टैक्स पे करते। सो जे सानू कोई 100 पाउंड दिंदा आ तो 25 पाउंड सरकार फ्री दिंदी आ, इहनू गिफ्टेड कहिंदे आ। गिफ्टेड दे विचों साडी तनखाह जिहड़ी स्टाफ दी आ सारे इत्थे यूके दे ऑफिस विच आ मेरे ख्याल 70-80% गवर्नमेंट दिंदी सानू तनखाह, साडी डोनेशन तो आउंदी नहीं गी। वो तो गिफ्ट तुसीं रिसर्च कर सकते हैं अपने गूगल पर यूके गिफ्टेड सिस्टम, वो तुहानू दस्सदी कि सरकार इत्थे बहुत दयालू आ, 1000 पाउंड दोगे सानू तुसीं इत्थों यूके विचों
ਕਿ 250 ਪਾਉਂਡ ਸਾਨੂੰ ਸਰਕਾਰ ਦਿਓ। ਇਹ ਸਾਰੀ ਚੈਰਿਟੀ ਮਿਲਦੀ, ਸਾਰੀ ਚੈਰਿਟੀਆਂ ਸਿੱਖਾਂ ਦੀਆਂ ਹੋਣ ਜੇ ਮਰਜ਼ੀ ਹੋਣ, ਕੱਲੇ ਸਾਨੂੰ ਨਹੀਂ। ਸੋ ਇਹਦਾ ਸਾਡਾ ਆਫਿਸ ਚੱਲਦਾ, ਸਾਡੀ ਤਨਖਾਹ ਨਿਕਲਦੀਆਂ। ਸੋ ਤਨਖਾਹ ਦਾ ਦੇ ਵਿੱਚ ਕੋਈ ਆਉਂਦਾ ਨੀਗਾ ਸਵਾਲ, ਕਿਉਂਕਿ ਜੇ ਅਸੀਂ ਪੈਸੇ ਖਾਣੇ ਹੁੰਦੇ ਅੱਜ ਤੁਹਾਡੇ ਸਾਹਮਣੇ ਬੈਠਣ ਨਹੀਂ ਹੋਣਾ ਸੀਗਾ, ਅਸੀਂ ਵੀ ਜਾ ਕੇ ਮੌਜਾਂ ਮਾਰਦੇ ਕਿਤੇ। ਸੋ ਅਸੀਂ ਤੁਹਾਡੇ ਵਰਗੇ ਹੀ ਹਾਂ, ਤੁਹਾਤੋਂ ਵੀ ਅਸੀਂ ਨੀਵੇਂ ਹਾਂ, ਕਿਉਂਕਿ ਤੁਹਾਡੇ ਜਿਹੜੇ ਭਾਈ ਤੁਹਾਡਾ ਪਿਆਰ ਆ, ਤੁਹਾਡਾ ਵਿਸ਼ਵਾਸ ਆ, ਉਹ ਅਸੀਂ ਤੋੜਨਾ ਹੀ ਚਾਹੁੰਦੇ ਪੈਸੇ 'ਤੇ, ਨਾ ਸਾਨੂੰ ਕੋਈ ਪੈਸੇ ਦਾ ਲਾਲਚ ਆ। ਭਾਈ ਸਾਹਿਬ, ਅਗਲਾ ਜਿਹੜਾ ਅਖੀਰਲਾ ਕੁਐਸਚਨ ਕੀਤਾ ਸੰਗਤ ਨੇ ਜ਼ਿਆਦਾਤਰ, ਉਹ ਰੀਸੈਂਟਲੀ ਜਿਹੜੀ ਪੰਜਾਬ ਦੇ ਵਿੱਚ ਦਫ਼ਤਰ ਦੇ ਵਿੱਚ ਖਾਲਸਾ ਏਡ ਦੇ NIA ਦੀ ਰੇਡ ਬਾਬਤ ਹੈ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਹਾਂਜੀ, ਕਿਉਂਕਿ ਉਸ ਵੇਲੇ ਮੈਨੂੰ ਕਾਫੀ ਫੋਨ ਆਏ ਸੀਗੇ, ਜਰਨਲਿਸਟ ਵੀ ਆਏ ਸੀਗੇ, ਭਾਈ NIA ਰੇਡ ਹੋਇਆ, NIA ਨੇ ਆ ਕੇ ਅਮਰਪ੍ਰੀਤ ਦੇ ਘਰ ਆ ਕੇ ਫੋਲਾਫਾਲੀ ਕੀਤੀ, ਪਰਿਵਾਰ ਨੂੰ ਬਹੁਤ ਤੰਗ ਕੀਤਾ 5 ਵਜੇ ਸਵੇਰੇ ਆ ਕੇ, ਉਹ ਨਿੱਕਾ ਬੱਚਾ ਵੀ ਆ, ਅਤੇ ਫਿਰ ਆਫਿਸ ਲੈ ਕੇ ਚੱਕ ਕੇ ਲੈ ਕੇ ਆਏ ਸੀ, ਹੱਥ ਕੜੀਆਂ ਲੈ ਕੇ ਆਏ ਸੀਗੇ ਵੀ ਉਹਨੂੰ ਲੈ ਕੇ ਜਾਣਾ। ਅਤੇ ਇਹ ਮੈਨੂੰ ਸਮਝ ਨਹੀਂ ਆਉਂਦੀ, ਜਾਂ ਤੁਸੀਂ ਜਿਹੜੇ ਇੰਡੀਆ ਦੀ ਜਿਹੜੀ ਲੋ ਇਨਫੋਰਸਮੈਂਟ ਏਜੰਸੀ, ਜਿਹਨੂੰ ਵੀ ਕਾਨੂੰਨੀ ਤੌਰ 'ਤੇ ਜਾਂ ਪੁਲਿਸ ਹੋਵੇ, ਏਜੰਸੀਆਂ ਹੋਣ, ਉਹ ਤੋਂ ਆਪਣਾ ਦਿਮਾਗ ਯੂਜ਼ ਕਰਦੀਆਂ ਜਾਂ ਸਰਕਾਰ ਦੇ ਕਹਿ ਲਓ ਭਾਈ ਥੱਲੇ ਕੰਮ ਕਰਦੇ ਉਹ, ਕਿਉਂਕਿ ਦੋ ਹੁੰਦੀਆਂ, ਇੱਕ ਜਿਹੜੀ ਆਪਣੇ ਦਿਮਾਗ ਕਰਦੀਆਂ, ਆਪਣੇ ਦਿਮਾਗ ਵਰਤਦੀਆਂ ਨਾ, ਉਹ ਪਹਿਲਾਂ ਦੇਖਦੇ ਸਬੂਤ ਕੀ ਆ ਵੀ ਇਹਨੂੰ ਫੜਨਾ ਕਰ ਰੇਡ ਕਰਨਾ, ਛਾਪਾ ਮਾਰਨਾ ਕਿ ਨਹੀਂ। ਜਿਹੜੇ ਸਰਕਾਰ ਲਈ ਬਸ ਕੰਮ ਕਰਨਾ, ਸਰਕਾਰ ਨੇ ਫੋਨ ਕਰਨਾ, ਜਾ ਕੇ ਇੱਕਦਮ ਛਾਪਾ ਮਾਰ ਦਿੱਤਾ। ਇਹ ਸਾਨੂੰ ਸੋਚਣਾ ਪੈਣਾ ਕੀ ਆ ਜਿਹੜੀ NIA ਆ। ਮੈਂ ਤਾਂ NIA ਨੂੰ ਦੇਖਿਆ, ਇਹਨਾਂ ਦੇ ਹੈੱਡ ਵੀ ਗਏ ਸੀ ਅੰਮ੍ਰਿਤਸਰ ਮਗਰੋਂ ਕੱਲ੍ਹ ਪਰਸੋਂ, ਪਿਛਲੇ ਹਫ਼ਤੇ ਰੇਡ ਕਰਕੇ 20-25 ਥਾਂ 'ਤੇ ਪੰਜਾਬ 'ਚ, ਫਿਰ ਮੱਥਾ ਟੇਕਣ ਚੱਲ ਗਏ ਹਰਿਮੰਦਰ ਸਾਹਿਬ। ਸਾਈ ਤਾਂ ਸਾਰਿਆਂ ਨੂੰ ਜੀ ਐਂ ਕਰਦੇ, ਹਰਿਮੰਦਰ ਮੱਥਾ ਟੇਕੋ, ਪਰ ਸੋਚੋ ਪਹਿਲਾਂ ਤੁਸੀਂ ਕਿਹਨੂੰ, ਤੁਸੀਂ ਜਦੋਂ ਸਹੁੰ ਖਾਂਦੇ ਭਾਈ ਆਪਣੇ ਦੇਸ਼ ਦੀ ਤੁਸੀਂ ਸੇਵਾ ਕਰਨੀ ਆ, ਦੇਸ਼ ਦੀ ਰੱਖਿਆ ਕਰਨੀ, ਸੁਰੱਖਿਆ ਕਰਨੀ, ਤਾਂ ਤੁਸੀਂ ਉਹੀ ਦੇਸ਼ਾਂ ਦੇ ਲੋਕ ਆਪੇ ਛਾਪੇ ਮਾਰਦੇ ਜਿਹੜੇ ਭਾਈ ਸੇਵਾ ਕਰਦੇ ਆ। ਮੈਂ ਇਹ ਵੀ ਗੱਲ ਕਹੀ ਸੀਗੀ, ਜਿਹੜੇ ਸੇਵਾ ਕਰਦੇ ਆ ਜਾਂ ਕਤਲ ਕਰਦੇ ਆ, ਅੱਜ ਕੋਈ ਫਰਕ ਹੀ ਨਹੀਂ ਰਹਿ ਗਿਆ। ਜੇ ਤੁਸੀਂ ਕਤਲ ਕਰਦੇ ਤੁਹਾਡੇ ਛਾਪੇ ਪੈਂਦੇ, ਜੇ ਸੇਵਾ ਕਰਦੇ ਤੁਹਾਡੇ ਛਾਪੇ ਪੈਂਦੇ। ਸੋ ਜਿਹੜਾ NIA ਦਾ ਰੇਡ ਆ, ਚਲੋ ਠੀਕ ਆ, ਸਾਡੇ UK ਵਿੱਚ ਸਾਡੀਆਂ ਇਨਕੁਆਇਰੀਆਂ ਆਉਂਦੀਆਂ, ਸਾਨੂੰ ਆਹ ਸਵਾਲ ਜਵਾਬ ਦਿਓ, ਆਹ ਜਵਾਬ ਦਿਓ, ਸਾਰੇ ਪਾਸੇ ਆਉਂਦੀਆਂ, ਉਹ ਸਾਨੂੰ ਚਿੱਠੀ ਭੇਜਦੇ, ਸਾਡੀਆਂ ਮੀਟਿੰਗਾਂ ਹੁੰਦੀਆਂ, ਸਾਨੂੰ ਕਹੀ ਆ ਕਿ ਸਾਡੇ ਦਰਵਾਜ਼ੇ ਨੇ ਤੋੜੇ, ਸਾਡੇ ਹੱਥ ਕੜੀਆਂ ਲੈ ਕੇ ਆਏ। ਸੋ NIA ਦਾ ਰੇਟ ਜਿਹੜਾ ਸੀਗਾ, ਜ਼ਿਆਦਾ ਉਹਨੀ ਫੋਰਸ ਯੂਜ਼ ਕੀਤੀ ਆ ਗਲਤ ਤਰ੍ਹਾਂ, ਇਹ ਹੋਣੀ ਨਹੀਂ ਚਾਹੀਦੀ ਸੀਗੀ, ਬਹੁਤ ਗਲਤ ਕੀਤਾ ਗਿਆ। ਸਾਨੂੰ ਪੁੱਛ ਲਓ ਤੁਸੀਂ, ਜੇ ਸਬੂਤ ਆ ਸਾਨੂੰ ਫੜ ਲਓ ਆ ਕੇ, ਜੇ ਤੁਸੀਂ ਗਲਤ ਕੀਤਾ ਸਾਡੇ ਕੋਲ ਵਾਰੰਟ ਭੇਜ ਦਿਓ, ਸਾਨੂੰ ਕੋਰਟ ਲੈ ਕੇ ਜਾਓ ਵੀ ਆਹ ਕੀ ਕੀਤਾ ਤੁਸੀਂ, ਗਲਤ ਕੀਤਾ। ਪਰ ਕੁਛ ਹੈ ਹੀ ਨਹੀਂ ਸੀਗਾ, ਉਹ ਬਸ ਤੰਗ ਹੀ ਕਰਨਾ। ਇਹਦੇ ਵਿੱਚ ਬਹੁਤ ਦੁੱਖ ਹੋਇਆ ਵੀ ਤੁਸੀਂ ਉਹਦੇ ਅਮਰਪ੍ਰੀਤ ਦੇ ਘਰ ਜਾ ਕੇ ਫੋਨ ਫਲਾਈ ਕੀਤੀ, 5 ਵਜੇ ਸਿਰ ਜਾ ਕੇ ਪਰਿਵਾਰ ਨੂੰ ਇੰਨਾ ਪਰੇਸ਼ਾਨ ਕੀਤਾ, ਹਾਲ ਤੱਕ ਵੀ ਪਰਿਵਾਰ ਪਰੇਸ਼ਾਨ ਆ। ਇਹ ਬਹੁਤ ਗਲਤ ਹੋਇਆ। ਇਹਦੇ ਵਿੱਚ ਮੈਂ ਵੀ ਕਹਿਣਾ ਚਾਹੁੰਦਾ, ਇਹ 2-3 ਸਾਲ ਪਹਿਲਾਂ ਸਾਡੇ ਕੋਲ ਟਵੀਟ ਵੀ ਪਈ ਹੋਆ, ਜਦੋਂ ਮਹਾਰਾਸ਼ਟਰ NIA ਛਾਪਾ ਮਾਰਨ ਜਾਣਾ ਸੀਗਾ, ਉੱਥੇ ਸਰਕਾਰ ਨੇ ਕਹਿਤਾ ਸੀਗਾ ਇਹ ਅਸੀਂ ਹੈਂਡਲ ਕਰਨਾ, ਤੁਸੀਂ ਇੱਥੇ ਆ ਜਾਣਾ, ਤੁਸੀਂ ਸਾਨੂੰ ਤੁਹਾਡੀ ਲੋੜ ਨਹੀਂ ਇੱਥੇ। ਸਾਡੀ ਪੰਜਾਬ ਸਰਕਾਰ ਜਿਹੜੀ ਮਰਜ਼ੀ ਹੋਵੇ, ਸਾਨੂੰ ਕੋਈ ਪੋਲੀਟੀਕਲ ਸਫੀਰ ਨਾ, ਕਾਂਗਰਸ ਹੋਵੇ, BJP ਹੋ, ਜੋ ਮਰਜ਼ੀ, ਕਿਉਂਕਿ ਮੇਰੇ ਲਈ ਸਾਰੇ ਸੇਮ ਆ। ਪਰ ਮੈਂ ਚਾਹੁੰਦਾ ਪੰਜਾਬ ਦੀ ਸਰਕਾਰ ਵੀ ਇੱਕ ਵਾਰੀ ਮਰਜ਼ੀ ਖੜਾ ਹੋਵੇ, ਖੜ੍ਹੇ ਹੋ ਕੇ ਕਹਿਣ ਖਾਲਸਾ ਏਡ ਸੇਵਾ ਕਰਨ ਵਾਲੀ ਆ, ਤੁਸੀਂ ਸਾਨੂੰ ਦੱਸੋ ਕੀ ਗਲਤ ਕਰਦੇ, ਅਸੀਂ ਚੈੱਕ ਕਰਦੇ, ਜਾ ਕੇ ਅਸੀਂ ਚੈੱਕ ਕਰਦੇ। ਪਰ ਸਾਡੇ ਲਈ ਜਿਹੜੇ ਕਈ MP ਆ ਸਾਡੇ ਲਈ ਬੋਲੇ ਆ, ਅਸੀਂ ਉਹਨਾਂ ਲਈ ਬਹੁਤ ਧੰਨਵਾਦੀ ਹਾਂ। ਕਈ ਪਾਰਟੀ ਤੋਂ ਬੰਦੇ ਖੜ੍ਹੇ ਹੋਏ ਆ, ਯਾਨੀ ਕਿ ਖਾਲਸਾ ਨੂੰ ਸਪੋਰਟ ਦਿੱਤਾ ਗਿਆ, ਭਾਈ ਜੋ ਕੀਤਾ ਗਲਤ ਕੀਤਾ ਗਿਆ, ਉਹਦੇ ਵਿੱਚੋਂ BJP ਸੀਗੇ, ਕਾਂਗਰਸ ਸੀਗੀ, AAP ਸੀਗੇ, ਬੋਲੇ ਜਿਹੜੇ MP ਆ ਜਾਂ ਜਦੋਂ, ਪਰ ਜਿਹੜੇ ਸੀਨੀਅਰ ਜਿਹੜੇ ਭਾਈ, ਅਸੀਂ ਭਗਵੰਤ ਮਾਨ CM ਨੂੰ ਇਹੀ ਕਹਿੰਦੇ ਹਾਂ ਭਾਈ ਜੇ ਇੱਦਾਂ ਦੇ ਕੋਈ ਛਾਪੇ ਮਾਰਦਾ ਪੰਜਾਬ ਦੇ ਵਿੱਚ, ਤੁਸੀਂ ਵੀ ਥੋੜ੍ਹਾ ਜਿਹਾ ਬੋਲੋ, ਜੇ ਅਸੀਂ ਗਲਤ ਕਰਦੇ ਹਾਂ ਤੁਸੀਂ ਸਾਨੂੰ ਪਰਸਨਲੀ ਆ ਕੇ ਫੜ ਲਓ ਫਿਰ। ਪਰ ਜੇ ਕੋਈ ਦਿੱਲੀ ਤੋਂ ਆ ਕੇ ਸਾਡੇ ਮੁੰਡੇ ਜਾਂ ਸਾਡੇ ਘਰਾਂ ਆ ਕੇ ਛਾਪੇ ਮਾਰਦੇ, ਮੁੰਡੇ ਚੱਕੀ ਜਾਣੇ ਤੰਗ ਕਰਨਾ ਪਰਿਵਾਰ ਨੂੰ, ਤੁਸੀਂ ਸਾਡੇ CM ਆ, ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਬੋਲੋ ਕਿ ਕਿਉਂ ਕੀਤਾ ਇੱਦਾਂ। ਮੈਂ ਹੁਣ ਵੀ ਕਹਿੰਦਾ ਬੋਲੋ, ਮੈਨੂੰ ਕੋਈ ਪਾਰਟੀ ਬਾਜੀ ਦਾ ਕੋਈ ਪਿਆਰ ਨੀਗਾ, ਮੈਂ ਕਹਿੰਦਾ ਜਿਹੜਾ ਪੰਜਾਬ ਲਈ ਬੋਲੂਗਾ ਮੇਰੇ ਉਹਦਾ ਪਿਆਰ ਆ। ਜੇ ਤੁਸੀਂ ਪੰਜਾਬ ਦੇ ਲੋਕਾਂ ਲਈ 20-25 ਪਰਿਵਾਰ ਸਵੇਰੇ ਸਵੇਰੇ ਤੰਗ ਕੀਤੇ, ਦਿੱਲੀ ਤੋਂ ਛਾਪੇ ਮਾਰੇ, ਤਾਂ ਤੁਸੀਂ ਚੁੱਪ ਰਹੇ ਆ, ਤੁਸੀਂ CM ਨਹੀਂ ਬਣ ਸਕਦੇ ਪੰਜਾਬ ਦੇ। ਗੱਲ ਸਿੱਧੀ ਆ, ਸਾਨੂੰ ਦੁੱਖ ਆ, ਪੰਜਾਬ ਸਾਨੂੰ ਪਤਾ ਨਹੀਂ ਕਿਹੜਾ ਹਿੰਦੂ, ਕਿਹੜਾ ਮੁਸਲਮਾਨ, ਕਿਹੜਾ ਸਿੱਖ ਆ, ਅਸੀਂ ਸਾਰਿਆਂ ਦੀ ਹੈਲਪ ਕਰਦੇ, ਸਾਰਿਆਂ ਦੀ ਮਦਦ ਕਰਦੇ। ਪਰ ਜੇ ਕੋਈ ਪੰਜਾਬ ਦਾ ਸਵੇਰੇ ਸਵੇਰੇ ਛਾਪੇ ਮਾਰੇ, ਪਰਿਵਾਰਾਂ ਨੂੰ ਤੰਗ ਕਰੇ, ਧੱਕੇਬਾਜ਼ੀ ਕਰੇ, ਐਵੇਂ ਬਸ ਕਰੀ ਜਾਣੀ, ਤਾਂ ਸਾਨੂੰ ਆਸ ਹੈਗੀ ਸੀਗੀ ਭਾਈ ਸਾਡਾ CM ਕੁਛ ਬੋਲੂਗਾ, ਪਰ ਤੁਸੀਂ ਬੋਲੇ ਨਹੀਂ ਗਏ। ਹੁਣ ਵੀ ਬੋਲੋ ਤੁਸੀਂ, ਵਧੀਆ ਹੋ ਜਾਊਗਾ। ਅਸੀਂ ਨਹੀਂ ਕਹਿੰਦੇ ਤੁਸੀਂ ਕਿਸੇ ਨੂੰ ਮਾੜਾ ਬੋਲੋ, ਇਹ ਬੋਲੋ, ਇਹ ਕਹਿ ਸਕਦੇ ਵੀ ਖਾਲਸਾ ਏਡ ਤੁਸੀਂ ਕੀਤਾ ਛਾਪਾ ਮਾਰਿਆ, ਕਿਉਂ ਮਾਰਿਆ, ਪਹਿਲਾਂ ਸਾਡੇ ਨਾਲ ਗੱਲ ਕਰੋ, ਅਸੀਂ ਸੰਭਾਲ ਲੈਂਦੇ। ਸਾਨੂੰ ਇਹ ਬਹੁਤ ਵੱਡਾ ਇਤਰਾਜ਼ ਆ ਵੀ ਤੁਸੀਂ, ਨਾਰਾਜ਼ਗੀ ਵੀ ਆ ਵੀ ਤੁਸੀਂ ਬੋਲੇ ਨਹੀਂ ਗਏ। ਹੋਰ ਛੱਡੋ,
ਪਰ ਅਸੀਂ ਉਹਦਾ ਧੰਨਵਾਦ ਕਰ ਜਿਹੜੇ ਬੋਲੇ ਆ। ਸੋ NIA ਦੀ ਇਹੀ ਮੈਂ ਕਹਿੰਦਾ NIA ਨੂੰ, ਜੇ ਤੁਹਾਡੇ ਕੋਲ ਸਬੂਤ ਆ ਦੱਸੋ ਕਿ ਗਲਤ ਕਰ ਰਹੇ ਹਾਂ, ਜੇ ਅਸੀਂ ਕਾਨੂੰਨ ਕੋਈ ਤੋੜ ਰਹੇ ਹਾਂ ਅਸੀਂ ਫਿਰ ਸਿੱਖਾਂਗੇ ਤੁਹਾਡੇ ਕੋਲੋਂ, ਅਸੀਂ ਨਹੀਂ ਤੋੜਦੇ ਕਾਨੂੰਨ ਮੁੜ ਕੇ ਉਹ। ਪਰ ਜੇ ਤੁਸੀਂ ਕਹਿੰਦੇ ਆ ਭਾਈ ਅਸੀਂ ਛਾਪੇ ਮਾਰੀਏ ਜਦ ਤੱਕ ਰਵੀ ਸਿੰਘ ਜਾਂ ਖਾਲਸਾ ਜਿਹੜੇ ਬੰਦੇ ਆ ਆਪਣਾ ਜਿਹੜੇ ਵਿਊਜ਼ ਆ ਉਹ ਬਦਲਣ, ਆਪਣੀ ਜਿਹੜੀ ਸੋਚ ਆ ਉਹ ਬਦਲਣ, ਉਹ ਗੱਲ ਨਹੀਂ ਬਣਨੀ। ਤੁਸੀਂ ਮੇਰਾ ਟਵਿੱਟਰ ਬੰਦ ਕਰਤਾ, ਮੇਰਾ ਫੇਸਬੁੱਕ ਬੰਦ ਕਰਤਾ, ਮੇਰਾ ਉੱਥੇ ਇੰਸਟਾਗ੍ਰਾਮ ਬੰਦ ਕਰਤਾ ਇੰਡੀਆ ਦੇ ਵਿੱਚ, ਤੁਹਾਡਾ ਕੀ ਖਿਆਲ ਹੈ ਮੇਰੀ ਸੋਚ ਵੀ ਬੰਦ ਹੋ ਜਾਵੇਗੀ? ਇਹ ਗਲਤ ਆ, ਸਾਡੇ ਨਾਲ ਸੋਚ ਵਿਚਾਰ ਕਰੋ, ਸਾਡੇ ਨਾਲ ਗੱਲ ਕਰੋ, ਅਸੀਂ ਖੁੱਲ੍ਹੀ ਗੱਲ ਤੁਹਾਨੂੰ ਗੱਲ ਕਰਾਂਗੇ। ਸੋ ਇਹ ਗਲਤ ਹੋਇਆ ਜੋ ਅਮਰਪ੍ਰੀਤ ਦੇ ਪਰਿਵਾਰ ਦੇ ਉੱਪਰ ਹੋਇਆ, ਬਹੁਤ ਗਲਤ ਹੋਇਆ। ਇਹਦੇ ਵਿੱਚ ਸਾਨੂੰ ਬਹੁਤ ਵੱਡਾ ਭਾਈ ਮੋਹਿਤ ਕਹਿੰਦਾ ਰਾਜਗੀ ਬਹੁਤ ਇਤਰਾਜ ਭਾਈ, ਇਹ ਜਿਹੜੇ ਭਾਈ ਸਾਡੇ ਪੰਜਾਬ ਸਰਕਾਰ 'ਚ ਉੱਪਰ ਆਇਆ ਇੱਕ ਐਡੇ ਵੱਡੇ ਸੇਵਾਦਾਰ ਦੇ, ਇੰਨੇ ਵਜੇ ਖਾਲਸਾ ਦੇ ਇਹ ਜਿਹੜਾ ਲੀਡ ਕਰ ਉਹਦੇ ਘਰ ਛਾਪਾ ਪਾਏ, ਤੁਸੀਂ ਚੁੱਪ ਬੈਠੇ ਆ। ਸੋ ਮੈਂ ਤਾਂ ਇਹੀ ਅਪੀਲ ਕਰਦਾ ਪੰਜਾਬ ਦੇ ਵਿੱਚ ਜਿੰਨੇ ਮਰਜ਼ੀ ਸਵਾਲ ਪੁੱਛ ਲਓ ਸਾਨੂੰ, ਇੱਥੇ ਸਾਨੂੰ ਜਿੰਨੇ ਸਵਾਲ, ਅਸੀਂ ਕੁਛ ਲੁਕੋਵਿਆਂ ਰੱਖਿਆ ਕਰੀ ਚੀਜ਼ ਦਾ। ਭਾਈ ਸਾਹਿਬ ਸਵਾਲ ਇੰਨੀ ਸੀ, ਪਰ ਇਹਨਾਂ ਤੋਂ ਇਲਾਵਾ ਵੀ ਬਹੁਤ ਸੰਗਤ ਨੇ ਕਮੈਂਟਸ ਦੇ ਵਿੱਚ ਅਤੇ ਜਿਹੜੇ ਆਪਾਂ ਨੂੰ ਇਨਕੁਆਇਰੀ ਆਈ ਉਹਦੇ ਵਿੱਚ ਇਹ ਲਿਖਿਆ ਕਿ ਅਸੀਂ ਖਾਲਸਾ ਦੇ ਨਾਲ ਹਾਂ ਅਤੇ ਚੜ੍ਹਦੀ ਕਲਾ ਦੇ ਵਿੱਚ। ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਲਈ ਦੋ ਸ਼ਬਦ ਜ਼ਰੂਰ ਕਹੋ ਜੀ। ਹੁਣ 24-25 ਸਾਲ, ਅਗਲੇ ਸਾਲ 25 ਸਾਲ ਹੋਣੇ ਖਾਲਸਾ ਦੇ, ਖਾਲਸਾ ਉਹੀ ਕਾਰਨ 'ਤੇ ਖੜ੍ਹੀ ਆ ਕਿਉਂਕਿ ਸੰਗਤ ਨਾਲ ਜੁੜੀ ਹੋ ਆ। ਸੰਗਤ ਨਾਲ ਜੁੜ ਕੇ ਸਾਡੀ ਸਾਨੂੰ ਜਦੋਂ ਮੈਂ ਬਾਹਰ ਸੇਵਾ ਕਰਦਾ, ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਮੈਂ ਪਿਛਲੇ 3 ਦਿਨ ਪਹਿਲਾਂ ਮੈਂ ਤੁਰਕੀ ਤੋਂ ਆ ਰਿਹਾ ਸੀਗਾ ਅਤੇ ਸੰਗਤ ਜਿੱਦਾਂ ਕਾਫੀ ਸਪੋਰਟ ਕਰਦੀ ਪ੍ਰੋਗਰਾਮ ਸਾਡੇ, ਜਿਹੜੇ ਭੁੱਖੇ ਜਿੱਥੇ ਲੰਗਰ ਛਕਾਉਣਾ ਕਹਿੰਦੀ ਕਰੋ ਜਾ ਕੇ, ਉੱਥੇ ਬੋਰਡਰ ਦੇ ਵਿੱਚ ਨਿੱਕੀ ਜਿਹੀ ਏਅਰਪੋਰਟ ਆ ਸਿਰੀਆ ਅਤੇ ਟਰਕੀ, ਮੇਰੀ ਕਹਿੰਦੇ ਪੱਗ ਲਾਓ, ਕਹਿੰਦੇ ਪੱਗ ਲਾਓ ਤੁਸੀਂ ਅਤੇ ਫਿਰ ਤੁਸੀਂ ਜਾ ਸਕਦੇ ਐਕਸਰੇ ਵਿੱਚ, ਜਾਂ ਐਕਸਰੇ ਕਰਨੇ ਆ ਫਿਰ। ਮੈਂ ਕਹਿੰਦਾ ਮੈਂ ਨਹੀਂ ਲਾਉਣੀ ਪੱਗ। ਅਸੀਂ ਅੱਧਾ ਘੰਟਾ ਬਹਿਸ ਹੋਈ ਉੱਥੇ, ਫਿਰ ਜਿਹੜੇ ਨਾਲ ਕੁੜੀ ਮੁੰਡਾ ਰੱਖਦੇ ਸੀ ਉਹਨੇ ਉੱਥੇ ਟਰਕੀ, ਸਾਨੂੰ MP ਜਾਣਦੇ ਸੇਵਾ ਉਹ ਚੱਲੀ ਉੱਥੇ, ਉਹ ਖਾਲਸਾ ਏਡ ਨੂੰ ਅਤੇ ਸਿੱਖਾਂ ਬਹੁਤ ਲਾਇਕ ਕਰਦੇ ਆ। ਉਹਨੂੰ ਫੋਨ ਕੀਤਾ MP ਨੂੰ ਉੱਥੇ ਟਰਕੀ ਵਿੱਚ, MP ਕਹਿੰਦਾ ਕਦੀ ਨਹੀਂ ਹੋ ਸਕਦੀ ਗੱਲ ਇਹ। ਉਹਨੇ ਫੋਨ ਕੀਤਾ, 2-3 ਮਿੰਟ ਦੇ ਵਿੱਚ ਆ ਗਈ ਉੱਥੇ ਸੀਨੀਅਰ ਇੰਟੈਲੀਜੈਂਸ ਅਫਸਰ ਆ ਗਿਆ ਉੱਥੇ, ਉਹਨੇ ਕਹਿਤਾ ਲੋਕਲ ਪੁਲਿਸ ਨੂੰ ਅਤੇ ਜਿਹੜੇ ਉੱਥੇ ਲੱਗੇ ਹੋ ਆ ਡਿਊਟੀ 'ਤੇ, ਪੱਗ ਨਹੀਂ ਲਾਉਣੀ, ਸਕੈਨ ਕਰੋ। ਗੱਲ ਬਣ ਗਈ, ਉਹਨੇ ਮੇਰੀ ਫੋਟੋ ਖਿੱਚ ਲਈ, ਪਾਸਵਰਡ ਲੈ ਲਿਆ, ਉਹਨੇ ਸਮਝਾਤਾ ਮੁੜ ਕੇ ਕਦੀ ਲਾਉਣੀ ਹੈ। ਹੁਣ ਮੈਂ ਕਿਹਾ ਦੇਖੋ ਇਕੱਲਾ ਮੈਂ ਨਹੀਂ, ਜਦੋਂ ਸਿੱਖ ਆਊਗੇ ਜਿਹੜਾ ਮਰਜ਼ੀ ਸਿੱਖ ਆਊਗਾ ਤੁਸੀਂ ਪੱਗ ਨੂੰ ਹੱਥ ਨਹੀਂ ਲਾਉਣਾ, ਤੁਸੀਂ ਐਕਸਰੇ ਕਰ ਸਕਦੇ ਇੱਦਾਂ ਦਾ ਇਹਦੇ ਵਿੱਚ ਸਕੈਨ ਹੁੰਦਾ, ਪਰ ਪੱਗ ਉਹ। ਹੁਣ ਸਾਡੀ ਡਿਬੇਟ ਚੱਲਦੀ ਆ, ਜੇ ਸੰਘ ਸਪੋਰਟ ਨਾ ਕਰ ਸਾਨੂੰ, ਜੇ ਸੰਗਤ ਦਾ ਪਿਆਰ ਨਾ ਹੁੰਦਾ, ਮੈਂ ਵੀ ਕਹਿੰਦਾ ਚਲੋ ਮੇਰੀ ਸਰਚ ਕਰ ਲਓ, ਮੈਨੂੰ ਪਤਾ ਜੇ ਮੈਂ ਉੱਥੇ ਅੜ ਜਾਂਦਾ ਸੰਗਤ ਮੇਰੇ ਨਾਲ ਸੀਗੀ। ਜਿੱਥੇ ਮਰਜ਼ੀ ਦੁਨੀਆ ਜਾਈਦਾ, ਕਈ ਵਾਰ ਔਖੇ ਸਮੇਂ ਦੇਖੀ ਦੇ ਸੰਗਤ ਯਾਦ ਆਉਂਦੀ ਹੈ, ਸੰਗਤ ਦੀਆਂ ਅਸੀਸਾਂ, ਸੰਗਤ ਦਾ ਪਿਆਰ, ਸੰਗਤ ਚਾਹੁੰਦੀ ਸਰਬੱਤੇ ਭਲੀ ਦੀ ਗੱਲ ਕਰੋ, ਸੰਗਤ ਚਾਹੁੰਦੀ ਜਿੱਥੇ ਭੁੱਖ ਆ ਉੱਥੇ ਜਾਓ, ਸੰਗਤ ਤੋਂ ਬਗੈਰ ਅਸੀਂ ਕੁਛ ਨਹੀਂ ਗਏ। ਜੇ ਉੱਥੇ ਏਅਰਪੋਰਟ ਮੈਂ ਸੋਚਦਾ ਇਕੱਲਾ ਹੀ ਹਾਂ ਬਿਜ਼ਨਸ 'ਤੇ ਗਿਆ, ਸ਼ਾਇਦ ਮੈਂ ਪੱਗ ਲਾ ਲੈਂਦਾ। ਜੇ ਮੈਂ ਪੱਗ ਲਾ ਲਈ ਸਾਡੀ ਸੰਗਤ ਦੀ ਪੱਗ ਲਿਖਦੀ ਆ। ਮੈਂ ਇਹ ਵੀ ਸੋਚ ਲਿਆ ਸੀਗਾ ਜੇ ਨਹੀਂ ਹਟਦੇ ਮੈਂ ਦੂਜੀ ਏਅਰਪੋਰਟ ਜਾਊਂਗਾ, ਜੇ ਉੱਥੇ ਵੀ ਰੋਕਿਆ ਫਿਰ ਮੈਂ ਇਰਾਕ ਦੇ ਵਿੱਚ ਕਾਰ ਲੈ ਕੇ ਬੋਰਡਰ ਪਾਸ ਕਰਕੇ ਇਰਾਕ ਤੋਂ ਵਾਪਸ ਆਊਂਗਾ, ਕਿ ਉੱਥੇ ਲਿਆਉਂਦੇ ਨਹੀਂ ਗਏ। ਪਰ ਇੱਥੇ ਇਕੱਲੀ ਇਹ ਏਅਰਪੋਰਟ ਸੀਗੀ, ਬਾਕੀ 3 ਏਅਰਪੋਰਟ ਕੀ ਕਦੀ ਪ੍ਰੋਬਲਮ ਨਹੀਂ ਹੋਈ। ਹੁਣ ਉਹ ਵੀ ਸਿੱਖ ਗਏ, ਇਹ ਸੰਗਤ ਦੀ ਦੇਣ ਆ, ਜੋ ਪ੍ਰਚਾਰ ਦੁਨੀਆ 'ਚ ਹੋ ਰਿਹਾ ਸਿੱਖ ਕੌਣ ਆ ਨਿਸ਼ਾਨ, ਸਾਰੀ ਸੰਗਤ ਦੀ ਦੇਣ ਆ। ਸੰਗਤ ਸਾਨੂੰ ਕਹਿੰਦੇ ਤੁਸੀਂ ਸਾਡਾ ਸਿਰ ਉੱਚਾ ਕੀਤਾ, ਸਾਡੀ ਤੁਸੀਂ ਸਿੱਖੀ ਦਾ ਦੁਨੀਆ 'ਤੇ ਉੱਪਰ ਕੀਤੀ, ਹਾਂ ਉਹ ਤੁਸੀਂ ਕੀਤੀ ਆ, ਜੇ ਤੁਹਾਡਾ ਪਿਆਰ ਨਾਲ। ਦੇਖੋ ਇੰਨੇ ਮਾੜੇ ਸਮੇਂ 'ਚ ਇੰਨਾ ਝੂਠੀਆਂ ਆਈਡੀਆ ਬਣਾ ਕੇ, ਤੁਹਾਨੂੰ ਪਤਾ ਕੌਣ ਬਣਾ ਰਿਹਾ ਆਈਡੀਆ ਬਣਾ ਕੇ, ਜਿਹਨੂੰ ਚੁੱਭਦੀ ਖਾਲਸਾ ਹੈ, ਤੁਸੀਂ ਸਾਡਾ ਸਾਥ ਦੇ ਰਹੇ ਹਾਂ, ਸਾਨੂੰ ਹੌਸਲਾ ਦੇ ਰਹੇ, ਸਾਨੂੰ ਪਿਆਰ ਦੇ ਰਹੇ, ਇਹ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਗੀ। ਸੋ ਜੋ ਤੁਸੀਂ ਕੀਤਾ ਸਾਡੇ ਲਈ ਬਹੁਤ ਬਹੁਤ ਧੰਨਵਾਦ, ਸਪੋਰਟ ਕਰੀ ਜਾਓ। ਮੈਂ ਬੇਨਤੀ ਕਰਦਾ ਜ਼ਰੂਰ ਸਾਡੇ ਆਫਿਸ ਆਫਿਸ ਨੂੰ ਚੈੱਕ ਕਰੋ ਅਸੀਂ ਕੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।